ਨੇ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਵੀ ਗੁਰੂ ਤੋਂ ਬਿਨਾਂ ਘੁੱਪ ਹਨੇਰਾ, ਗੁਰੂ ਤੋਂ ਬਿਨਾਂ ਘੁੱਪ ਹਨੇਰਾ, ਅਤੇ ਗੁਰੂ ਤੋਂ ਬਿਨਾਂ ਇਹ ਗੱਲ ਸਮਝ ਵੀ ਨਹੀਂ ਆ ਸਕਦੀ ਕਿ ਜੀਵਨ ਨੂੰ ਕਿਵੇਂ ਸੋਹਣੇ ਢੰਗ ਨਾਲ ਬਤੀਤ ਕੀਤਾ ਜਾਵੇ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਇਹ ਗੱਲ ਸਮਝ ਨਹੀਂ ਆਉਂਦੀ ਕਿ ਜੀਵਨ ਨੂੰ ਸੋਹਣੇ ਢੰਗ ਨਾਲ ਕਿਵੇਂ ਬਤੀਤ ਕੀਤਾ ਜਾਵੇ, ਕਿਉਂਕਿ ਇਹ ਗੱਲ ਤਾਂ ਸੱਚੇ ਗੁਰੂ ਨੇ ਸਮਝਾਉਣੀ ਹੈ। ਇਹ ਗੱਲ ਤਾਂ ਬਾਣੀ ਗੁਰੂ ਨੇ, ਸ਼ਬਦ ਗੁਰੂ ਨੇ, ਗਿਆਨ ਗੁਰੂ ਨੇ ਸਮਝਾਉਣੀ ਹੈ। ਅਤੇ ਉਹ ਕਦੋਂ ਸਮਝਾਏਗਾ? ਜਦੋਂ ਅਸੀਂ ਆਪ ਗੁਰੂ ਨਾਲ ਜੁੜਾਂਗੇ। ਅੱਛਾ ਵੇਖੋ, ਬੰਦਾ ਆਪ ਗੁਰੂ ਨਾਲ ਨਾ ਜੁੜੇ, ਗੁਰੂ ਦੀ ਵਿਚਾਰ ਤੋਂ ਪਾਸੇ ਹੋ ਕੇ ਤੁਰੇ, ਤਾਂ ਸੁੱਖ ਮੰਗੀ ਜਾਵੇ, ਮਿਲ ਜੂਗਾ? ਨਹੀਂ ਗੱਲ ਬਣਨੀ ਉੱਥੇ। ਹੁਣ ਮੰਨ ਲਓ, ਮੈਂ ਕਹਿਣਾ ਕੋਈ ਨਹੀਂ ਮੰਨਦਾ, ਪਰ ਮੈਂ ਆ ਕੇ ਨਾ ਇੱਥੇ ਦੋਵੇਂ ਹੱਥ ਜੋੜ ਕੇ ਅਰਦਾਸਾਂ ਕਰੀ ਜਾਵਾਂ, ਪਾਤਸ਼ਾਹ ਜੀ ਜ਼ਿੰਦਗੀ 'ਚ ਸੁੱਖ ਆ ਜਾਵੇ, ਪਾਤਸ਼ਾਹ ਜੀ ਜ਼ਿੰਦਗੀ 'ਚ ਟਿਕਾ ਆ ਜਾਵੇ, ਮੈਂ ਆਖੀ ਜਾਵਾਂ, ਪਰ ਗੁਰੂ ਦੀ ਗੱਲ ਮੰਨਣ ਵਾਸਤੇ ਤਿਆਰ ਨਾ ਹੋਵਾਂ, ਤਾਂ ਪਾਤਸ਼ਾਹ ਕਹਿਣਗੇ ਉਹ ਭਲਿਆ, ਕੇਵਲ ਕਹਿਣ ਦੇ ਨਾਲ ਕੁਝ ਨਹੀਂ ਹੋਣਾ, ਤੈਨੂੰ ਉੱਦਮ ਕਰਨਾ ਪੈਣਾ। ਸੱਚਾ ਸਤਿਗੁਰ ਕਿਆ ਕਰੇ? ਵੀ ਸੱਚਾ ਸਤਿਗੁਰੂ ਵੀ ਉੱਥੇ ਕੀ ਕਰ ਸਕਦਾ? ਜੋ ਸਿੱਖਾਂ ਮੈਂ ਚੂਕ, ਜੇ ਸਿੱਖ ਦੇ ਵਿੱਚ ਹੀ ਚੂਕ ਹੈ, ਜੇ ਸਿੱਖ ਹੀ ਗੁਰੂ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਹੈ, ਗੁਰੂ ਦੀ ਵਿਚਾਰਧਾਰਾ ਦੇ ਅਨੁਸਾਰ ਤੁਰਨ ਨੂੰ ਤਿਆਰ ਨਹੀਂ ਹੈ, ਉੱਥੇ ਗੁਰੂ ਵੀ ਕੁਝ ਨਹੀਂ ਕਰ ਸਕਦਾ। ਵੈਸੇ ਆਪਾਂ ਕਹਿੰਦੇ ਨਾ, ਗੁਰੂ ਸਰਬ ਕਲਾ ਸਮਰੱਥ ਹੈ, ਪਰ ਇੱਥੇ ਗੁਰੂ ਵੀ ਕੁਝ ਨਹੀਂ ਕਰ ਸਕਦਾ, ਕਿਉਂਕਿ ਗੁਰੂ ਸਾਹਿਬ ਜਿਹੜੇ ਨੇ ਉਹ ਕਿਸੇ ਬੰਦੇ ਦੇ ਉੱਤੇ ਧੱਕਾ ਨਹੀਂ ਕਰਦੇ। ਫਰੀਡਮ ਦਿੱਤੀ ਹੈ ਬੰਦੇ ਨੂੰ, ਆਜ਼ਾਦੀ ਦਿੱਤੀ ਹੈ, ਵੀ ਤੂੰ ਜੇ ਆਪਣੇ ਜੀਵਨ ਨੂੰ ਸਵਾਰਨਾ ਚਾਹੁੰਦਾ ਸੱਚ ਦਾ ਉਪਦੇਸ਼ ਲੈ ਲੈ, ਅਤੇ ਜੇ ਨਹੀਂ ਲੈਣਾ ਚਾਹੁੰਦਾ ਤਾਂ ਵੀ ਤੇਰੀ ਮਰਜ਼ੀ ਹੈ, ਧੱਕਾ ਨਹੀਂ ਹੈ ਕੋਈ ਵੀ ਤੇਰੇ ਉੱਤੇ। ਆਮ ਤੁਸੀਂ ਵੇਖੋ, ਕਈ ਵਾਰ ਧਰਮ ਦੇ ਨਾਂ ਦੇ ਉੱਤੇ ਧੱਕਾ ਵੀ ਹੋਇਆ, ਔਰੰਗਜ਼ੇਬ ਵਰਗਿਆਂ ਨੇ ਧੱਕੇ ਨਾਲ ਹੀ ਆਪਣਾ ਮਤ ਮਨਾਇਆ ਨਾ, ਵੀ ਤੁਸੀਂ ਸਾਡਾ ਕਹਿਣਾ ਮੰਨੋ ਨਹੀਂ ਤਾਂ ਮਾਰ ਦਿਆਂਗੇ। ਜਿਹਦੇ ਹੱਥ ਵੀ ਤਾਕਤ ਆ ਜਾਂਦੀ ਹੈ ਨਾ, ਉਹ ਕਈ ਵਾਰ ਐਸਾ ਕਰਦਾ, ਆਮ ਲੋਕਾਈ ਦੇ ਉੱਤੇ ਉਹ ਧੱਕਾ ਕਰੇਗਾ, ਆਪਣੀ ਗੱਲ ਧੱਕੇ ਨਾਲ ਮਨਾਏਗਾ, ਪਰ ਉਹ ਅਕਾਲ ਪੁਰਖ ਜਿਹੜਾ ਸਾਰੀ ਦੁਨੀਆ ਨੂੰ ਚਲਾਉਣ ਵਾਲਾ, ਜਿਹਦੇ ਹੱਥ ਵੱਸ ਹੈ ਸਭ ਕੁਝ, ਉਹਦਾ ਅਸੂਲ ਹੈ ਉਹ ਕਿਸੇ ਉੱਤੇ ਕਦੀ ਵੀ ਧੱਕਾ ਨਹੀਂ ਕਰਦਾ। ਉਹਨੇ ਦੋਵੇਂ ਪੱਖ ਦੱਸ ਦੇਣੇ ਨੇ ਵੀ ਆਹ ਪੱਖ ਚੰਗਾ ਹੈ, ਆਹ ਪੱਖ ਮਾੜਾ ਹੈ, ਬੰਦਿਆ ਤੇਰੇ ਉੱਤੇ ਹੈ, ਜਿਹਨੂੰ ਚੂਜ਼ ਕਰਨਾ ਤੂੰ ਕਰ ਲੈ। ਅਤੇ ਇਹਦਾ ਰਿਜ਼ਲਟ ਵੀ ਹੈਗਾ ਜੀ, ਜੇ ਚੰਗਾ ਬੀਜ ਬੀਜੇਗਾ ਤਾਂ ਉਹਦਾ ਰਿਜ਼ਲਟ ਵੀ ਚੰਗਾ ਹੋਵੇਗਾ, ਅਤੇ ਜੇ ਮਾੜਾ ਬੀਜ ਬੀਜੇਗਾ ਤਾਂ ਉਹਦਾ ਰਿਜ਼ਲਟ ਵੀ ਮਾੜਾ ਹੋਵੇਗਾ। ਬਾਣੀ ਦਾ ਵਾਕ ਆਪਾਂ ਪੜ੍ਹਦੇ ਨਾ, ਜਿਹਾ ਬੀਜੈ ਸੋ ਲੁਣੈ, ਵੀ ਜਿਹੋ ਜਿਹਾ ਬੀਜ ਭਲਿਆ ਤੂੰ ਬੀਜੇਗਾ ਪ੍ਰਫੁੱਲਤ ਤਾਂ ਉਹੀ ਹੋਣਾ। ਜਿਹਾ ਬੀਜੈ ਸੋ ਲੁਣੈ ਕਰਮਾਂ ਸੰਦੜਾ ਖੇਤ, ਅੱਜ ਸਰੀਰ ਤੇਰਾ ਖੇਤ ਦੇ ਸਮਾਨ, ਇਹਦੇ ਵਿੱਚ ਤੂੰ ਕਰਮਾਂ ਦਾ ਬੀਜ ਬੀਜ ਰਿਹਾ, ਅਤੇ ਸੱਚ ਕਰਕੇ ਜਾਣੀ ਜਿਹੋ ਜਿਹੇ ਕਰਮ ਦਾ ਬੀਜ ਤੂੰ ਬੀਜ ਦਏਗਾ ਪ੍ਰਫੁੱਲਤ ਉਹਨੇ ਉਹੀ ਹੋਣਾ ਹੀ। ਇਸ ਕਰਕੇ ਧਿਆਨ ਨਾ ਬੀਜ ਬੀਜੀ, ਸੋਚ ਕੇ ਵਿਚਾਰ ਕੇ ਬੀਜ ਬੀਜੀ। ਕਹਿਣ ਦਾ ਭਾਵ ਕੀ ਹੈ, ਵੀ ਆਪਣੇ ਜੀਵਨ ਦੇ ਅੰਦਰ ਤੂੰ ਕਿਸੇ ਵੀ ਤਰ੍ਹਾਂ ਦਾ ਜਦੋਂ ਕੋਈ ਕਰਮ ਕਰਨ ਲੱਗਦਾ ਨਾ, ਤਾਂ ਬੜੇ ਧਿਆਨ ਦੇ ਨਾਲ ਕਰੀ, ਕਿਉਂਕਿ ਜਿਹੜਾ ਕਰਮ ਭਲਿਆ ਤੂੰ ਕਰ ਲਏਗਾ ਉਹਦਾ ਰਿਜ਼ਲਟ ਵੀ ਉਸੇ ਦੇ ਸਮਾਨ ਆਉਣਾ, ਉਹ ਰਿਜ਼ਲਟ ਨਿਕਲ ਕੇ ਤੇਰੇ ਸਾਹਮਣੇ ਆਏਗਾ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਵੀ ਗੁਰੂ ਦੀ ਵਿਚਾਰ ਨੂੰ ਆਪਣੇ ਜੀਵਨ ਦੇ ਅੰਦਰ ਲੈ ਕੇ ਆ। ਅਤੇ ਇੱਕ ਗੱਲ ਹੋਰ ਚੇਤੇ ਰੱਖਿਓ ਗੁਰੂ ਸਵਾਰਿਓ, ਗੁਰੂ ਕੋਈ ਦੇਹਧਾਰੀ ਨਹੀਂ। ਜਦੋਂ ਬਹੁਤੀ ਵਾਰ ਗੁਰੂ ਦੀ ਗੱਲ ਵੀ ਆਉਂਦੀ ਹੈ ਨਾ, ਉਦੋਂ ਵੀ ਕਈਆਂ ਦੇ ਦਿਮਾਗ ਦੇ ਅੰਦਰ ਕਿਸੇ ਬਾਬੇ ਦੀ ਤਸਵੀਰ ਆ ਜਾਂਦੀ ਹੈ। ਗੁਰੂ ਸਾਡਾ ਕੋਈ ਦੇਹਧਾਰੀ ਨਹੀਂ ਹੈ, ਜਾਂ ਜਿਹੜੀਆਂ ਅਸੀਂ ਆਪਣੇ ਘਰਾਂ ਦੇ ਵਿੱਚ ਤਸਵੀਰਾਂ ਲਾਈਆਂ ਨੇ, ਉਹਨਾਂ ਤਸਵੀਰਾਂ ਵੱਲ ਵੇਖ ਕੇ ਕਹੀ ਜਾਈਏ ਜੀ ਇਹ ਗੁਰੂ ਹੈ, ਗੁਰੂ ਕੋਈ ਤਸਵੀਰ ਵੀ ਨਹੀਂ ਹੈ, ਗੁਰੂ ਕੋਈ ਮੂਰਤੀ ਵੀ ਨਹੀਂ ਹੈ, ਗੁਰੂ ਕੋਈ ਫੋਟੋ ਨਹੀਂ ਹੈ। ਕਿਉਂਕਿ ਇਸ ਜੰਜਾਲ ਦੇ ਵਿੱਚੋਂ ਸਾਨੂੰ ਗੁਰੂ ਪਾਤਸ਼ਾਹ ਨੇ ਕੱਢਿਆ, ਨਾ ਸਰੀਰਾਂ ਨਾਲ ਜੋੜਿਆ, ਨਾ ਤਸਵੀਰਾਂ ਨਾਲ ਜੋੜਿਆ, ਨਾ ਕਿਸੇ ਮੂਰਤੀ ਨਾਲ ਜੋੜਿਆ, ਅਤੇ ਨਾ ਕਿਸੇ ਹੋਰ ਚੀਜ਼ ਨਾਲ ਜੋੜਿਆ। ਗੁਰੂ ਸਾਹਿਬ ਨੇ ਆਖਿਆ ਕੇਵਲ ਅਤੇ ਕੇਵਲ ਭਲਿਆ ਤੂੰ ਰੱਬੀ ਗਿਆਨ ਦੇ ਨਾਲ ਜੁੜ, ਰੱਬੀ ਗਿਆਨ ਜਿਹੜਾ ਹੈ ਇਹਦੇ ਨਾਲ ਜੁੜ। ਅਤੇ ਰੱਬੀ ਗਿਆਨ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ
ਸਮਝਾ ਦਿੱਤਾ। ਬਾਣੀ ਨੂੰ ਪੜ੍ਹਦੇ ਜਾਈਏ, ਬਾਣੀ ਨੂੰ ਵਿਚਾਰਦੇ ਜਾਈਏ, ਰੱਬੀ ਗਿਆਨ ਮਿਲਦਾ ਜਾਵੇਗਾ, ਇਹ ਸੱਚ ਦੀ ਵਿਚਾਰ ਮਿਲਦੀ ਜਾਵੇਗੀ। ਜਿਹੜੇ ਲੋਕ ਮੂਰਤੀਆਂ ਦੇ ਨਾਲ, ਤਸਵੀਰਾਂ ਦੇ ਨਾਲ, ਇਹਨਾਂ ਚੀਜ਼ਾਂ ਦੇ ਨਾਲ ਜੁੜ ਜਾਂਦੇ ਨੇ ਨਾ, ਵੇਖੋ ਇਹਨਾਂ ਚੀਜ਼ਾਂ 'ਚ ਜਾਨ ਕੋਈ ਨਹੀਂ। ਇਹ ਬੰਦੇ ਦੇ ਅੰਦਰ ਵੀ ਸੱਚ ਦੀ ਵਿਚਾਰ ਦੇ ਕੇ ਜਾਨ ਨਹੀਂ ਪਾ ਸਕਦੀਆਂ, ਆਪ ਇਹ ਮੁਰਦੇ ਦੇ ਸਮਾਨ ਨੇ, ਬੰਦੇ ਨੂੰ ਵੀ ਅੰਦਰੋਂ ਦੀ ਮੁਰਦਾ ਕਰ ਦਿੰਦੇ ਨੇ। ਪਰ ਜਿਹੜਾ ਸੱਚਾ ਗਿਆਨ ਹੈ ਨਾ, ਜਿਹੜਾ ਬਾਣੀ ਗੁਰੂ ਹੈ, ਜਦੋਂ ਇਹ ਬੰਦੇ ਦੇ ਅੰਦਰ ਵਾਸਾ ਕਰਦਾ ਹੈ, ਬੰਦਾ ਅੰਦਰੋਂ ਦੀ ਜੀ ਪੈਂਦਾ। ਜਿਹੜਾ ਬੰਦਾ ਕਈ ਸਾਲਾਂ ਤੋਂ ਅੰਦਰੋਂ ਮਰਿਆ ਪਿਆ ਸੀਗਾ, ਕਿਉਂ? ਰੱਬ ਦੀ ਵਿਚਾਰ ਨਾਲ ਟੁੱਟਾ ਸੀ ਨਾ, ਰੱਬੀ ਗੁਣਾਂ ਨਾਲ ਟੁੱਟਾ ਸੀ ਅਤੇ ਅੰਦਰੋਂ ਡੈੱਡ ਹੋਇਆ ਪਿਆ ਸੀ, ਜਿਹਨੂੰ ਆਪਾਂ ਆਤਮਕ ਮੌਤ ਕਹਿੰਦੇ ਹਾਂ। ਆਖਾਂ ਜੀਵਾਂ ਵਿਸਰੇ ਮਰ ਜਾਓ, ਵੀ ਜਦੋਂ ਉਹ ਮਾਲਕ ਵਿਸਰਦਾ, ਜਦੋਂ ਉਹ ਮਾਲਕ ਭੁੱਲ ਜਾਂਦਾ ਮੈਨੂੰ, ਮਰ ਜਾਓ, ਮੈਂ ਅੰਦਰੋਂ ਦੀ ਮਰ ਜਾਂਦਾ ਹਾਂ। ਪਰ ਜਦੋਂ ਉਹ ਮਾਲਕ ਨੂੰ ਮੈਂ ਆਖਦਾ ਹਾਂ, ਉਸ ਮਾਲਕ ਦੇ ਮੁਤਾਬਕ ਮੈਂ ਆਪਣੇ ਜੀਵਨ ਨੂੰ ਜਿਉਂਦਾ ਹਾਂ, ਆਖਾਂ ਜੀਵਾਂ, ਫਿਰ ਮੈਂ ਜੀ ਪੈਂਦਾ ਹਾਂ, ਫਿਰ ਮੌਤ ਨਹੀਂ ਹੁੰਦੀ। ਫਿਰ ਕੀ ਹੁੰਦਾ ਜੀ? ਫਿਰ ਬੰਦੇ ਦਾ ਜਨਮ ਹੋ ਜਾਂਦਾ, ਫਿਰ ਬੰਦਾ ਅੰਦਰੋਂ ਦੀ ਜੀ ਪੈਂਦਾ। ਤਾਂ ਪਾਤਸ਼ਾਹ ਕਹਿੰਦੇ ਭਲਿਆ, ਇਸ ਕਰਕੇ ਸੱਚੇ ਗੁਰੂ ਨਾਲ ਜੁੜ, ਅਤੇ ਜੇ ਨਾ ਜੁੜਿਆ ਤਾਂ ਫਿਰ ਆਹ ਚੀਜ਼ ਵਾਪਰੇਗੀ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ। ਗੁਰੂ ਤੋਂ ਬਿਨਾਂ ਤੇਰੀ ਇਹ ਜਿਹੜੀ ਸੁਰਤ ਹੈ ਨਾ, ਇਹਨੇ ਸਿੱਧੀ ਨਹੀਂ ਹੋਣਾ। ਤੁਸੀਂ ਵੇਖੋ, ਭਾਂਡਾ ਹੈ ਕੋਈ, ਮੀਂਹ ਪੈਂਦਾ ਹੋਵੇ ਅਤੇ ਬਾਲਟੀ ਜਿਹੜੀ ਹੈ ਨਾ ਉਹ ਮੂਧੀ ਮਾਰ ਕੇ ਰੱਖੀ ਹੋਵੇ, ਹੁਣ ਬਾਲਟੀ ਮੂਧੀ ਹੈ, ਹੋਏਗਾ ਕੀ? ਮੀਂਹ ਪੈ ਰਿਹਾ ਪਰ ਬਾਲਟੀ ਖਾਲੀ ਦੀ ਖਾਲੀ, ਉਹਨੇ ਭਰਨਾ ਨਹੀਂ। ਪਰ ਜੇ ਉਸ ਬਾਲਟੀ ਨੂੰ ਆਪਾਂ ਸਿੱਧਾ ਕਰਕੇ ਰੱਖ ਦਈਏ ਤਾਂ ਕੁਝ ਮਿੰਟਾਂ ਦੇ ਅੰਦਰ ਹੀ ਉਸ ਬਾਲਟੀ ਨੇ ਭਰ ਜਾਣਾ। ਗੁਰੂ ਸਾਹਿਬ ਕਹਿੰਦੇ ਬੰਦਿਆ, ਤੇਰੀ ਇਹ ਜਿਹੜੀ ਸੁਰਤ ਦਾ ਭਾਂਡਾ ਹੈ ਨਾ, ਇਹ ਮੂਧਾ ਪਿਆ ਹੋਇਆ। ਠੀਕ ਹੈ, ਤੂੰ ਗੁਰਦੁਆਰੇ ਆਉਂਦਾ, ਕਥਾ ਵੀ ਸੁਣਦਾ ਹੈ, ਕੀਰਤਨ ਵੀ ਸੁਣਦਾ ਹੈ, ਤੈਨੂੰ ਚੰਗੀਆਂ ਗੱਲਾਂ ਬਹੁਤ ਥਾਵਾਂ ਤੋਂ ਪਤਾ ਲੱਗਦੀਆਂ ਹੋਣਗੀਆਂ, ਗੁਰੂ ਵੀ ਤੈਨੂੰ ਕੁਝ ਨਾ ਕੁਝ ਦੱਸਦਾ ਹੈ, ਪਰ ਗੱਲ ਪਤਾ ਕੀ ਹੈ? ਭਾਂਡਾ ਹੀ ਮੂਧਾ, ਭਾਂਡਾ ਸਿੱਧਾ ਨਹੀਂ ਹੈ। ਆ ਜਿਹੜਾ ਸੁਰਤ ਦਾ ਭਾਂਡਾ ਹੈ ਨਾ, ਇਹ ਮੂਧਾ ਹੋਇਆ ਪਿਆ। ਅੰਮ੍ਰਿਤ ਡਿੱਗਦਾ ਤਾਂ ਪਿਆ, ਗੁਰਬਾਣੀ ਦਾ ਝਿਮ ਝਿਮ ਵਰਸਾ ਅੰਮ੍ਰਿਤ ਧਾਰਾ, ਉਹ ਅੰਮ੍ਰਿਤ ਡਿੱਗਦਾ ਤਾਂ ਪਿਆ ਚੰਗੇ ਗੁਣਾਂ ਦਾ, ਸਤ ਸੰਤੋਖ ਦਇਆ ਧਰਮ ਧੀਰਜ ਦਾ, ਪਰ ਇੰਝ ਕਹਿ ਲਓ ਕਿ ਸੁਰਤ ਦਾ ਭਾਂਡਾ ਹੀ ਮੂਧਾ ਹੋਇਆ ਪਿਆ। ਭਾਂਡਾ ਮੂਧਾ ਅਤੇ ਉਹਦੇ ਵਿੱਚ ਪਊਗਾ ਨਹੀਂ ਫਿਰ। ਇਹ ਸੁਰਤ ਦਾ ਭਾਂਡਾ ਸਿੱਧਾ ਕਿੰਨੇ ਕਰਨਾ? ਇਹ ਸਿੱਧਾ ਕਰਨਾ ਗੁਰੂ ਨੇ, ਭਾਵ ਗੁਰੂ ਨੇ ਉਹ ਟੈਕਨੀਕ ਦੱਸ ਦੇਣੀ ਹੈ ਕਿ ਇਸ ਭਾਂਡੇ ਨੂੰ ਸਿੱਧਾ ਕਿਵੇਂ ਕੀਤਾ ਜਾਵੇ, ਭਾਵ ਸੁਰਤ ਦੇ ਵਿੱਚ ਰੱਬੀ ਗਿਆਨ ਨੂੰ ਕਿਵੇਂ ਵਸਾਇਆ ਜਾਵੇ, ਸੰਤੋਖ ਦੀ ਵਰਤੋਂ ਕਿਵੇਂ ਕੀਤੀ ਜਾਵੇ, ਸੱਚ ਦੀ ਵਰਤੋਂ ਕਿਵੇਂ ਕੀਤੀ ਜਾਵੇ, ਇਮਾਨਦਾਰੀ ਦੀ ਵਰਤੋਂ ਕਿਵੇਂ ਕੀਤੀ ਜਾਵੇ, ਇਹ ਸੱਚੇ ਗੁਰੂ ਨੇ ਸਮਝਾ ਦੇਣਾ।